ਸਟਾਫ ਵੀ ਕੋਆਪਰੇਟਿਵ ਆਈ ਹੈਲਪਫੁਲ ਆਈ ਤਾਂ ਕਰਕੇ ਫਿਰ ਜਦੋਂ ਅਸੀਂ ਵਿਜ਼ਿਟ ਕੀਤਾ ਪਹਿਲਾਂ ਸੁਪ੍ਰੀਤ ਮੈਮ ਨੂੰ ਕਾਲ ਕੀਤੀ ਸੀਗੀ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਤੁਸੀਂ ਆਫਿਸ ਵਿਜ਼ਿਟ ਕਰ ਲਓ ਇੱਕ ਵਾਰੀ ਤੁਹਾਨੂੰ ਸਾਰਾ ਕੁਝ ਇੱਥੇ ਸਮਝਾ ਦਾਂਗੀ ਫਿਰ ਉੱਥੇ ਅਸੀਂ ਆਫਿਸ ਆਏ ਜਦੋਂ ਉਹਨਾਂ ਨੇ ਸਾਨੂੰ ਕਾਲਜ ਬਾਰੇ ਕੋਰਸ ਬਾਰੇ ਸਾਰਾ ਕੁਝ ਦੱਸਿਆ ਜੀ ਅਤੇ ਉਦੋਂ ਬਾਅਦ 'ਚ ਅਸੀਂ ਆਪਦਾ ਹੀ ਵਧੀਆ ਲੱਗਿਆ ਤੁਹਾਨੂੰ ਹਾਂਜੀ ਬਹੁਤ ਵਧੀਆ ਲੱਗਿਆ ਠੀਕ ਹੈ ਲਾਸਟ ਕੁਆਲੀਫਿਕੇਸ਼ਨ ਕੀ ਸੀ ਆਪਣੀ ਪਲੱਸ 2 ਤੇ ਬੈਂਕ ਸਕੋਰ ਇੱਕ ਮੋਡਿਊਲ 'ਚ 5.5 ਸੀਗੀ ਠੀਕ ਹੈ ਓਵਰਆਲ 6 ਸੀਗੀ ਠੀਕ ਹੈ ਤੇ ਪਲੱਸ 2 'ਚ ਕਿੰਨੀ ਪਰਸੈਂਟੇਜ 76% ਠੀਕ ਹੈ ਤੇ ਤੁਹਾਨੂੰ ਪੁੱਛਦੇ ਸੀਗੇ ਹਰ ਇੱਕ ਚੀਜ਼ ਤੇ ਵਟ ਅਬਾਊਟ ਕਮਿਊਨੀਕੇਸ਼ਨਸ ਕਿ ਤੁਹਾਨੂੰ ਸਾਰਾ ਕੁਝ ਦੱਸਦੇ ਸੀਗੇ ਕਿ ਕਾਲਜ ਵੱਲੋਂ ਜੋ ਵੀ ਆ ਰਿਹਾ ਤੁਹਾਨੂੰ ਸਮਝਾਉਂਦੇ ਸੀਗੇ ਕਿ ਨਹੀਂ ਸੀ ਮੈਮ ਆਪੇ ਕਾਲ ਕਰਕੇ ਟਾਈਮ ਟੂ ਟਾਈਮ ਦੱਸਦੇ ਸੀਗੇ ਵੀ ਕਿਹੜੀ ਚੀਜ਼ ਅਪਡੇਟ ਦਿੰਦੇ ਰਹਿੰਦੇ ਸੀਗੇ ਠੀਕ ਹੈ ਤੇ ਜੇ ਗੱਲ ਕਰੀਏ ਤੁਹਾਡੇ ਵੀਜ਼ਾ ਦੀ ਜਿਸ ਦਿਨ ਪੀਪੀਆਰ ਆਈ ਉਦੋਂ ਕੀ ਕਰ ਰਹੇ ਸੀ ਉਦੋਂ ਹੀ ਗਏ ਵੇ ਸੀਗੇ ਤਲਵੰਡੀ ਸਾਹਿਬ ਕੋਈ ਠੀਕ ਹੈ ਕੀ ਕਰਦਾ ਪਿਆ ਸੀ ਉਦੋਂ ਪਹਿਲਾਂ ਮੈਨੂੰ ਸਵੇਰੇ ਮੇਲ ਆਈ ਅਸੀਂ ਬਾਬੇ ਫਰੀਦ ਦੇ ਚੱਲੇ ਸੀਗੇ ਸਵੇਰੇ ਮੈਂ ਖੋਲ ਕੇ ਬੰਦ ਕਰਤੀ ਮੈਨੂੰ ਕਿਹੜਾ ਪੜ੍ਹਨੀ ਆਈ ਸਮਝ ਤਾਂ ਆਇਆ ਨਹੀਂ ਵੀਜ਼ਾ ਕਿ ਕੀ ਆਈ ਫਿਰ ਅਸੀਂ ਉੱਥੇ ਜਦੋਂ ਗਏ ਸੀ ਮੈਮ ਨੇ ਕਾਲ ਕੀਤੀ ਵੀ ਤੁਹਾਡਾ ਵੀਜ਼ਾ ਆ ਗਿਆ ਮੈਂ ਕਦੋਂ ਮਜ਼ਾਕ ਕਰਦੇ ਆਈ ਮਜ਼ਾਕ ਜਿਹਾ ਕਰਦੇ ਆਈ ਅਤੇ ਫਿਰ ਮੈਮ ਨੇ ਕਿਹਾ ਵੀ ਤੁਹਾਨੂੰ ਮੇਲ ਆਈ ਹੋਊਗੀ ਵੀ ਤੁਸੀਂ ਚੈੱਕ ਕਰ ਲਓ ਉਹ ਚੈੱਕ ਕੀਤਾ ਜੀ ਫਿਰ ਮੈਂ ਉਹਨੂੰ ਦੱਸਿਆ ਜੀ ਫਿਰ ਕਦੇ ਪਹਿਲਾਂ ਘਰੇ ਕਾਲ ਕੀਤੀ ਫਿਰ ਇਹਨਾਂ ਨੂੰ ਕਾਲ ਕੀਤੀ ਕਰਨਾ ਜੀ ਉਹਨਾਂ ਨੇ ਇਹਨਾਂ ਦੇ ਵੀ ਘਰੇ ਗੱਲ ਕੀਤੀ ਬਹੁਤ ਖੁਸ਼ੀ ਹੋਈ ਉਦੇ ਹੀ विश्वास हो गया ਮੇਨ ਕੋਈ ਵੱਡਾ ਕੋਈ ਏਮ ਹੈ ਨਹੀਂ ਗਈ ਆਪਣਾ ਮੈਨ ਲੱਗਿਆ ਲੰਦਾ ਕੀ ਆ ਨਹੀਂ ਉੱਥੇ ਜਾ ਕੇ ਕੀ ਕਰੂੰਗਾ ਨਹੀਂ ਆਬਵੀਅਸਲੀ ਪੜ੍ਹਾਈ ਪੜ੍ਹਾਈ ਕਰਾਂਗਾ ਮੈਂ ਵੀ ਕੰਮ ਧੰਦਾ ਕਰਾਂਗਾ ਪੜ੍ਹਾਈ ਕਰਾਂਗੀ ਠੀਕ ਹੈ ਜ਼ਿਆਦਾ ਪੜ੍ਹਨਾ ਹੈ ਕਿ ਜ਼ਿਆਦਾ ਕੰਮ ਕਰਨਾ ਇਹ ਤਾਂ ਟਾਈਮ ਹੀ ਦੱਸੂਗੀ ਚਲੋ ਠੀਕ ਹੈ ਤੇ ਕਦੋਂ ਤੁਸੀਂ ਜਾ ਰਹੇ ਹੋ ਇਹ ਤਾਂ ਤੁਸੀਂ ਦੱਸਣਾ ਸੀ ਕਿ ਟਿਕਟ ਤੇ ਲੈਣੀ ਹੈ पासपोर्ट देने जा रहे हैं जो इन्होंने आके हमें दिया था सर बहुत बहुत मुबारक है।